मामला अमृतसर के थाना मोहकमपुरा का है, जिथों की रहने वाली सुखविंदर कौर के वालों शिकायत दर्ज करवाई गई थी कि उसकी 45 साल बेटी जो कि दिसंबर महीने तो 27 साल संदीप सिंह नाम के नौजवान के नाल गुरु घर की वडाली विखे रह रही थी। उससे उसने शक जताया कि हो सकता है कि संदीप सिंह के वालों उसकी बेटी का कतल कर दिया गया, जिसके चलदियां पुलिस वालों सख्ती नाल पूछगिछ करन ते यह गल सामने आई कि संदीप सिंह वालों ही फरवरी की एक रात रमदीप कौर का कतल करके उसकी लाश का संस्कार करके अर्थियां बोड़ू नहर में सुट दिखाई गई सन। इस मामले संबंधी जानकारी देंदिया थाना मोहकमपुरा के SHO सुखदेव सिंह ने दसिया कि सानू मिली शिकायत के आधार से कार्रवाई करते यह गल सामने आई है कि रमदीप कौर के वालों संदीप सिंह से कानून विआह करवाने का दबाव बनाया जा रहा है, जिसके चलदियां संदीप सिंह नहीं मान रहा है और उसने फरवरी महीने की एक रात में सुती पई रमदीप कौर का गला कुट के उसका कतल कर दिता और उसकी नवजम्मी बच्ची ने भी मौत के घाट उतार दिता। दोवां का संस्कार करके अस्थियां रात ही ठंडिया करके बोड़ू नहर में सुट दित्तियां सन। संदीप सिंह का घर गुरु की वडाली पिंड की मंडिया में होने के कारण उसे ज्यादा मुश्किल का सामना नहीं करना पड़ा। हुण रमदीप कौर की माता सुखविंदर कौर की शिकायत से कार्रवाई करदे संदीप सिंह को गिरफ्तार करके सारे मामले में सुलझा के केस दर्ज कर लिया गया, जिस विच दोषी संदीप सिंह ने खुद सब कुछ कबूल भी किया। रमनदीप कौर गुरु की वडाली ब्याई हुई सी, इहदी माता सुखविंदर कौर ने एक दरखास्त दित्ती सी मां जो कमिश्नर साहब जी दे पेश हो के कि मेरी लड़की जिहड़ी हैगी आ उहदा जिथे ब्याई हुई सी उहदे नाल अणबण हो गई सी, लेकिन इहदी जिहड़ी फ्रेंडशिप सीगी उह किसी संदीप सिंह नां दे लड़के नाल हो गई सी। तां उह दसंबर दे महीने तो नज़र नहीं आ रही, लेकिन सानूं डाउट है कि उहने उहनूं अगवा करके उहदा कतल ना कर दित्ता होवे। ਤਾਂ ਮਾਂ ਜੋ ਕਮਿਸ਼ਨਰ ਸਾਹਿਬ ਜੀ ਨੇ ਇੱਕ ਵਿਸ਼ੇਸ਼ ਟੀਮ ਬਣਾਈ ਸੀ, ਏਡੀਸੀਪੀ ਸਰਦਾਰ ਹਰਪਾਲ ਸਿੰਘ ਜੀ ਅਤੇ ਰਿਪਤਾਪਨ ਸਿੰਘ ਜੀ ACP ਹੈੱਡਕੁਆਰਟਰ ਸਾਹਿਬ ਜੀ ਦੀ, ਇਹਨਾਂ ਸਾਂਝੀ ਟੀਮ ਬਣਾ ਕੇ ਤਾਂ ਮੇਰੀ ਵਿਸ਼ੇਸ਼ ਡਿਊਟੀ ਲਗਾਈ ਸੀ ਕਿ ਸੰਦੀਪ ਸਿੰਘ ਨੂੰ ਕਾਬੂ ਕਰਕੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ, ਉਹਨੇ ਕਨਫੈਸ਼ਨ ਕਰ ਲਿਆ ਸੀ ਕਿ ਦਸੰਬਰ ਦੇ ਮਹੀਨੇ ਮੈਂ ਇਹਨੂੰ ਇੱਥੋਂ ਲੈ ਕੇ ਗਿਆ ਸੀਗਾ, ਲੇਕਿਨ ਫਰਵਰੀ ਦੇ ਮਹੀਨੇ ਵਿੱਚ ਉਹਦਾ ਕਤਲ ਕਰਕੇ ਆਪਣੀ ਰਮਨਦੀਪ ਕੌਰ ਅਤੇ ਇਹਦੀ ਨਵਜੰਮੀ ਬੱਚੀ ਸੀ ਇੱਕ ਕੋਈ 2.5 ਮਹੀਨੇ ਦੀ, ਉਹਨਾਂ ਦਾ ਕਤਲ ਕਰਕੇ ਸੰਸਕਾਰ ਕਰ ਦਿੱਤਾ ਸੀ ਰਾਤ, ਤਾਂ ਉਹਨਾਂ ਦੀ ਰਾਖ ਜਿਹੜੀ ਸੀ ਉਹ ਨਹਿਰ ਦੇ ਵਿੱਚ ਸੁੱਟ ਦਿੱਤੀ ਸੀ। ਸਰ ਕਿਉਂ ਉਹਨੇ ਕਤਲ ਕੀਤਾ, ਕਿਉਂ ਉਹਦੀ ਵਾਰਦਾਤ ਨੂੰ ਅੰਜਾਮ ਦਿੱਤਾ? ਜਿਹੜੀ ਲੇਡੀ ਸੀਗੀ ਰਮਨਦੀਪ ਕੌਰ ਉਹਦੀ ਉਮਰ 45 ਸਾਲ ਸੀ, ਇਹਦੀ ਜਿਹੜਾ ਸੰਦੀਪ ਸਿੰਘ ਹੈ ਇਹਦੀ ਉਮਰ ਕੀ 27 ਸਾਲ ਹੈ। ਰਮਨਦੀਪ ਇਹਨੂੰ ਆਪਣੇ ਨਾਲ ਲਿਖਤੀ ਪੜ੍ਹਤੀ ਮੈਰਿਜ ਕਰਾਉਣ ਵਾਸਤੇ ਕਹਿੰਦੀ ਸੀ ਵੀ ਮੇਰੇ ਨਾਲ ਵਿਆਹ ਜਿਹੜਾ ਉਹ ਲਿਖਤ ਪੜ੍ਹਤ ਦੇ ਨਾਲ ਤੁਸੀਂ ਕਰਵਾ ਲਓ, ਲੇਕਿਨ ਇਹ ਇਸ ਤਰ੍ਹਾਂ ਨਹੀਂ ਕਰ ਰਿਹਾ ਸੀਗਾ, ਉਹਨਾਂ ਦਾ ਆਪਸ ਵਿੱਚ ਝਗੜਾ ਚੱਲ ਪਿਆ ਸੀ, ਲੇਕਿਨ ਉਹਨੇ ਇਹ ਅੰਜਾਮ ਦਿੱਤਾ। ਸਰ ਸੰਸਕਾਰ ਕਿੱਥੇ ਕੀਤਾ ਗਿਆ ਅਤੇ ਕਿਸਨੇ ਇਹਦਾ ਸਾਥ ਦਿੱਤਾ ਪੂਰੇ ਸੰਸਕਾਰ ਕਰਨ ਦੇ ਵਿੱਚ, ਅਤੇ ਕਿਉਂ ਕਿਵੇਂ ਰਾਤ ਨੂੰ ਸੰਸਕਾਰ ਦਿੱਤਾ ਗਿਆ? ਇਹ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ ਨੇ, ਗੁਰੂ ਕੀ ਵਡਾਲੀ ਮੜੀਆਂ ਦੇ ਵਿੱਚ ਹੀ ਇਹਨਾਂ ਦਾ ਘਰ ਹੈਗਾ। ਉਸ ਦਿਨ ਗੁਰੂ ਕੀ ਵਡਾਲੀ ਦੋ ਬਜ਼ੁਰਗ ਮੌਤਾਂ ਹੋਈਆਂ ਸੀ, ਲੇਕਿਨ ਉਹਨਾਂ ਦਾ ਸੰਸਕਾਰ ਵੀ ਉਸ ਦਿਨ ਹੋਇਆ ਸੀ। ਇਹਨਾਂ ਨੇ ਉਸ ਰਾਤ ਹੀ 9:30 ਵਜੇ ਇਹਨੇ ਆਪਣੇ ਪਿਤਾ ਦੇ ਨਾਲ ਰਲ ਕੇ ਉਹਦਾ ਕਤਲ ਕਰਕੇ ਮਾਵਾਂ ਧੀਆਂ ਦਾ ਦੋਨਾਂ ਦਾ, ਅਤੇ ਰਾਤ ਹੀ 10 ਵਜੇ ਸੰਸਕਾਰ ਕਰਕੇ 4 ਵਜੇ ਨਾਲ ਰਾਖ ਠੰਡੀ ਕਰਕੇ ਇਹਨੂੰ ਬੋਰੀ 'ਚ ਪਾ ਕੇ ਤਾਂ ਬੋੜੂ ਨਹਿਰ ਦੇ ਵਿੱਚ ਚੱਲਦੀ ਨਹਿਰ ਜਿਹੜੀ ਡੂੰਘੀ ਨਹਿਰ ਸੀਗੀ ਉਹਦੇ ਵਿੱਚ ਬਣਾ ਦਿੱਤਾ। ਅਤੇ ਇਸ ਕਤਲ ਚ ਦਾ ਸਾਥ ਕਿਸਨੇ ਦਿੱਤਾ ਹੈ? ਇਸਦਾ ਪਿਤਾ ਮੁਖਤਾਰ ਸਿੰਘ ਦਾ ਸੀ। ਅਤੇ ਸਰ ਇਹ ਉੱਥੇ ਲੈ ਕਤਲ ਕੀਤਾ ਕਿਵੇਂ ਕੀਤਾ ਨੇ ਉਸਦਾ ਕਤਲ ਅਤੇ ਕਿੱਥੇ ਕੀਤਾ? ਇਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਕਮਰੇ ਦੇ ਉੱਪਰ ਜਿੱਥੇ ਬੈੱਡ ਦੇ ਉੱਪਰ ਉਹ ਸੁੱਤੀ ਪਈ ਸੀ ਉਹਦਾ ਰੱਸੀ ਦੇ ਨਾਲ ਗਲਾ ਘੁੱਟ ਕੇ ਗਲਾ ਦਬਾ ਕੇ ਇਹਨਾਂ ਦੋਵਾਂ ਨੇ ਕੀਤਾ। ਸਰ ਉੱਥੇ ਲਾਸ਼ਾਂ ਕਿਵੇਂ ਲੈ ਗਈ ਜਾਂਦੀ ਦੂਰ ਉਸ? ਲਾਸ਼ਾਂ ਉੱਥੇ ਹੀ ਤਾਂ ਸੰਸਕਾਰ ਕਰ ਦਿੱਤਾ, ਉੱਥੋਂ ਬਿਸ ਇਹਨਾਂ ਦਾ ਮੜੀਆਂ ਦਾ ਵਿੱਚ ਹੀ ਘਰ ਹੈਗਾ, ਉੱਥੇ ਹੀ ਸੰਸਕਾਰ ਕੀਤਾ। ਇਹਨੂੰ ਕਿਤੇ ਮਾਰਨ ਤੋਂ ਬਾਅਦ 'ਚ ਕਿਤੇ ਦੂਰ ਲਿਜਾਣ ਦੀ ਲੋੜ ਨਹੀਂ ਪਈ, ਉੱਥੇ ਹੀ ਇਹਦਾ ਸੰਸਕਾਰ ਕੀਤਾ। ਕਿਹੜੀ ਧਾਰਾ 'ਚ ਪਰਚਾ ਦਰਜ ਕੀਤਾ ਗਿਆ? ਇਹ 302 ਦੇ ਵਿੱਚ ਕੀਤਾ ਜੀ। ਆਵਾਜ਼ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਸੁਨੀਲ ਕੁਮਾਰ ਦੀ ਰਿਪੋਰਟ।